ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਸਵਾਦ ਖਾਣਾ। ਦੀਵਾਲੀ ਆ ਰਹੀ ਹੈ, ਮੈਂ ਦੀਵਾਲੀ 'ਤੇ ਤੁਹਾਡੇ ਨਾਲ ਸਮੋਸੇ ਦੀ ਰੈਸਪੀ ਸ਼ੇਅਰ ਕਰੂੰਗੀ। ਉਹਦੇ ਵਾਸਤੇ ਨੇ ਮੇਰੇ ਕੋਲ 2 ਕੱਪ ਮੈਦਾ, 1/4 ਕੱਪ ਮੈਂ ਦੇਸੀ ਘਿਓ ਲਿਆ। ਦੇਸੀ ਘਿਓ, ਅਗਰ ਤੁਸੀਂ ਘਿਓ ਦਾ ਮੁੱਲ ਯੂਜ਼ ਕਰਦੇ ਹੋ ਤਾਂ ਸਮੋਸੇ ਕ੍ਰਿਸਪੀ ਵਧੀਆ ਬਣਦੇ ਆ। ਔਰ 1 ਚਮਚ ਨਮਕ, 1/2 ਚਮਚ ਅਜਵਾਇਨ, ਔਰ ਡੋ ਬਣਾਉਣ ਵਾਸਤੇ ਮੈਂ ਠੰਡਾ ਪਾਣੀ ਯੂਜ਼ ਕਰੂੰਗੀ। ਇਹ ਨੇ ਆਪਣੇ ਡੋ ਵਾਸਤੇ ਅਤੇ ਔਰ ਮੈਂ ਸਟਫਿੰਗ ਵਾਸਤੇ ਤੁਹਾਨੂੰ ਮੇਰੇ ਕੋਲ 5 ਮੈਂ ਬੋਇਲ ਆਲੂ ਲਏ ਹੋਏ ਨੇ। ਇਹਦੇ ਵਾਸਤੇ ਤੜਕੇ ਵਾਸਤੇ ਨੇ ਮੇਰੇ ਕੋਲ ਮੈਂ ਇੱਕ ਛੋਟਾ ਆਨੀਅਨ ਲਿਆ ਔਰ 1-2 ਹਰੀ ਮਿਰਚ। ਆਨੀਅਨ ਤੁਸੀਂ ਯੂਜ਼ ਕਰਨਾ ਚਾਹੁੰਦੇ ਹੋ ਤਾਂ ਠੀਕ ਹੈ, ਨਹੀਂ ਅਗਰ ਨਹੀਂ ਚਾਹੁੰਦੇ ਤਾਂ ਬੋਇਲ ਕਰ ਸਕਦੇ ਹੋ, ਤੁਸੀਂ ਜਿੰਜਰ ਪਾ ਸਕਦੇ ਹੋ, ਇਹ ਤੁਹਾਡੀ ਚੋਇਸ 'ਤੇ ਡਿਪੈਂਡ ਕਰਦਾ ਤੁਸੀਂ ਕੀ ਲਾਈਕ ਕਰਦੇ ਹੋ। ਔਰ ਮੇਰੇ ਕੋਲ 1/2 ਕੱਪ ਫਰੋਜ਼ਨ ਮਟਰ ਲਏ ਹੋਏ ਨੇ ਮੈਂ, ਔਰ ਡਰਾਈ ਫਰੂਟਸ ਨੇ ਕਿਸਮਿਸ਼ ਔਰ ਕਾਜੂ। ਇਹ ਵੀ ਆਪਸ਼ਨਲ ਹੈ, ਅਗਰ ਤੁਸੀਂ ਯੂਜ਼ ਕਰਨਾ ਚਾਹੁੰਦੇ ਹੋ ਤਾਂ ਠੀਕ ਹੈ, ਤੁਸੀਂ ਇਹ ਵੀ ਬੋਇਲ ਕਰ ਸਕਦੇ ਹੋ। ਔਰ ਪਨੀਰ ਮੇਰੇ ਕੋਲ, ਔਰ ਧਨੀਆ 1 ਚਮਚ, ਧਨੀਆ ਪਾਊਡਰ 1 ਚਮਚ, ਗਰਮ ਮਸਾਲਾ 1 ਚਮਚ, ਰੈੱਡ ਚਿੱਲੀ ਪਾਊਡਰ, ਲਾਲ ਮਿਰਚ 1 ਚਮਚ, ਜੀਰਾ 1/2 ਚਮਚ, ਮੇਰੇ ਕੋਲ ਮੈਂਗੋ ਪਾਊਡਰ, ਔਰ ਥੋੜ੍ਹਾ ਮੈਂ ਸੁੱਕਾ ਧਨੀਆ ਜੋ ਕ੍ਰੈਸ਼ ਕੀਤਾ ਹੋਇਆ। ਅਤੇ ਪਹਿਲਾਂ ਆਪਾਂ ਹੁਣ ਡੋ ਤਿਆਰ ਕਰਦੇ ਹਾਂ। ਆਪਾਂ ਹੁਣ ਡੋ ਤਿਆਰ ਕਰਦੇ ਹਾਂ। ਮੈਂ 1/2 ਚਮਚ ਅਜਵਾਇਨ ਮਿਕਸ ਕਰਾਂਗੀ, ਔਰ 1 ਚਮਚ ਨਮਕ, ਔਰ ਆਪਾਂ ਮਿਕਸ ਕਰ ਲਵਾਂਗੇ। ਹੁਣ ਆਪਾਂ ਦੇਸੀ ਘਿਓ ਜੋ ਰੱਖਿਆ ਹੋਇਆ ਕਰਾਂਗੇ। ਹੁਣ ਮੈਂ ਆਪਣੇ ਹੱਥਾਂ ਦੇ ਨਾਲ ਜੋ ਕਰਾਂਗਾ, ਹੱਥ ਮੈਂ ਆਪਣੇ ਵਾਸ਼ ਕੀਤੇ ਹੋਏ ਆ ਚੰਗੀ ਤਰ੍ਹਾਂ, ਹੱਥ ਦੇ ਨਾਲ ਹੀ ਚੰਗੀ ਤਰ੍ਹਾਂ ਮਿਕਸ ਹੋਏਗਾ। ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਫਿਰ ਮੋਣ ਮਿਕਸ ਕਰਕੇ ਅਤੇ ਇਸ ਤਰ੍ਹਾਂ ਦੇਖਣਾ ਹੋਇਆ ਤਾਂ ਆਪਣਾ ਇਸ ਤਰ੍ਹਾਂ ਕੁਛ ਲੱਡੂ ਜਿਹਾ ਬਣ ਜਾਂਦਾ, ਇਕੱਠਾ ਹੁੰਦਾ ਤਾਂ ਆਪਣਾ ਮੂੰਹ ਬਿਲਕੁਲ ਸਹੀ ਆ। ਅਤੇ ਹੁਣ ਆਪਾਂ ਠੰਡੇ ਪਾਣੀ ਨਾਲ ਡੋ ਕਰਦੇ ਹਾਂ। ਪਾਣੀ ਆਪਾਂ ਥੋੜ੍ਹਾ ਥੋੜ੍ਹਾ ਪਾਉਣਾ। ਤੁਸੀਂ ਕੋਈ ਵੀ ਪਲਾਸਟਿਕ ਦਾ ਬੈਗ ਲੈ ਲੈਣਾ, ਥੋੜ੍ਹੇ ਟਾਈਮ ਨਹੀਂ ਰੱਖਣਾ। ਆਪਾਂ ਥੋੜ੍ਹਾ ਜਿਹਾ ਇੱਦਾਂ ਆਇਲ ਲਗਾ ਕੇ ਆਪਾਂ ਆਟਾ ਪਾ ਲਵਾਂਗੇ। ਤੁਸੀਂ ਕੋਈ ਵੀ ਗਰੋਸਰੀ ਬੈਗ ਲੈ ਸਕਦੇ ਹੋ ਸਾਫ਼ ਸੁਥਰਾ। ਆਪਾਂ ਕੁਝ ਜਿਸ ਤਰ੍ਹਾਂ ਚਿਪ ਬੰਦ ਕਰਕੇ ਇਕੱਠਾ ਕਰਕੇ ਰੱਖ ਲਵਾਂਗੇ ਤਾਂ ਕਿ ਆਪਣਾ ਆਟਾ ਵਧੀਆ ਤਿਆਰ ਹੋ ਜਾਵੇ। ਪਹਿਲਾਂ ਆਪਾਂ ਆਲੂ ਕੱਟਦੇ ਹਾਂ ਇਸ ਤਰ੍ਹਾਂ, ਫਿਰ ਕੱਟ ਲਵਾਂਗੇ ਛੋਟੇ ਛੋਟੇ ਜਿਹੇ, ਬਿਲਕੁਲ ਇਸ ਤਰ੍ਹਾਂ ਪੀਸ ਕਰ ਲਵਾਂਗੇ ਆਪਾਂ। ਆਲੂ ਆਪਾਂ ਇਸ ਤਰ੍ਹਾਂ ਕੱਟ ਲਏ ਆ ਬਰੀਕ ਬਰੀਕ, ਇਸ ਤਰ੍ਹਾਂ ਆਪਾਂ ਨੂੰ ਕੱਟ ਲੈਂਦੇ। ਹੁਣ ਆਪਾਂ ਇਹਨਾਂ ਨੂੰ ਸਟਫਿੰਗ ਤਿਆਰ ਕਰਦੇ ਹਾਂ, ਤੜਕਾ ਲਗਾਉਂਦੇ ਹਾਂ।
फ्राई पैन में रखा है, फ्राई पैन अपना गर्म हो गया। इसमें एक चम्मच बटा इतना तेल पानी थोड़ा पकड़ा, एक चम्मच जीरा ऐड कर दूंगी और एक चम्मच धनिया। प्याज और हरी मिर्च पर ज़्यादा नहीं करना, थोड़ा ही बस करना है, ज़्यादा नहीं आपका प्याज तो नहीं। प्याज की जगह तुम जिंजर लेना चाहते हो तो जिंजर चूज कर सकते हो। हरी मिर्च ऐड कर दूंगी, हरे मटर सॉरी पनीर का ऐड कर दूंगा, थोड़ा पनीर के नाल पक जाएगा। धनिया पकड़ना थोड़ा पावे जो कि ये नाल थोड़ी बहुत ही वाली अपने जूस बनेगा अपना फ्लेवर आएगा। वन एंड हाफ टीन स्पून टी स्पून नमक पाऊंगे, तुम अपने टेस्ट के मुताबिक पा सकते हो। धनिया पाउडर एक चम्मच, गरम मसाला एक चम्मच, रेड चिली पाउडर, लाल मिर्च एक चम्मच, हाफ टी स्पून आधा चम्मच मैंगो पाउडर, तो मिक्स करेंगे क्योंकि ऐसा पास स्लो करेंगे थोड़ा ना पाव में मिक्स कर देंगे। थोड़ा टेस्ट कर लेना सब तरह, जो भी कुछ घट होगा तो चेक कर सकते हैं। नमक हाफ चम्मच और ऐड करूंगी, तो हम अपनी स्टफिंग रेडी हो गया, पर इसमें ठंडा कर दें। अपनी स्टफिंग जो समोसे भी रेडी हो गया, लवेंगे तो खट्टी पार्ट जो अपना आटा करके रख लेंगे। जो अपने क्रैक नहीं अपन नीचे इस तरह कर देंगे, देख सकते हैं आप हाथ के नाल इस तरह करते जावे।
ਬੇਲ ਦੇ ਇਸ ਤਰ੍ਹਾਂ कट करनी है, पानी लगाऊंगे करके पहला फोल्ड इस तरह कर लेंगे ये तरह कोट तो मैं या पैसा sale cerca तेल में रखा हुआ है इसमें से फ्राई करने वास्ते तेल गर्म हो चुका है अब बिल्कुल मीडियम ते ज़्यादा तेज़ ते नहीं गर्म करने के तेज़ ते करेंगे तो ऊपर पक जाने के बाद जो कच्चे रह जाएंगे तो आप इस करके मीडियम ते करने हैं पहले आप पक देते हैं तेल पास तरह गर्म हो चुका है तो हम आप इसमें से फ्राई होने पा रहे हैं कर लेंगे बहुत ही पंप बिल्कुल तेज से नहीं फ्राई करने पर लो फ्लेम पे फ्राई करने समोसे अपने बिल्कुल फ्राई हो चुके हैं इस तरह आप उन्होंने गोल्डन जिस तरह कर लेना उन्होंने 10 मिनट आप उन्होंने फ्राई किया हौली हौली बहुत ही स्लो से ओके एकदम आप तेज से करा तो वधिया नहीं पकन गए अपने समोसे आप फ्राई कर लेना हम आप सर्व करते हैं लो जी अपने गर्म गर्म समोसे तैयार है तुम भी इस तरह अपने घर के ट्राई कर सकते हो मैं फ्राई 5 ही समोसे किए बाकी आप 2 कप मैदा लिया 15 समोसे बने बाकी मैं फ्रोजन करके रख रही हूँ तुम भी इस तरह फ्रोजन कर सकते हो पहला इस तरह जो आइस बन जाओ तो नीचे ब्लॉक में बंद करके रख लो जो भी तुम खाने चाहो थोड़ा टाइम अद्धा पौना घंटा बाद डीफ्रोज करके तुम फ्राई कर सकते हो नहीं तो माइक्रोवेव कुछ टाइम 2-3 मिनट ले करके हाथ फ्राई कर लो इस तरह तुम अपने घर के बना सकते हो समोसे मेरी वीडियो थोड़ी चंगी लगी लाइक और चैनल सब्सक्राइब करना थैंक यू फॉर वॉचिंग बाय बाय